ਆ ਵਾਹ ਯਾਰ ਦੋਸਤ ਨੇ ਉਦੋਂ ਗੁੱਲੀਆਂ ਜੀਆਂ ਫੜਾਤੀਆਂ ਸੀ, ਕਹਿੰਦਾ ਭਾਊਆ ਬੂਝੇ ਜੇ ਲਾ ਕੇ ਵੇ ਪੱਠੇ ਮੁੱਕਣੇ ਹੀ ਨੀਗੇ, ਤੇ ਵਾਕਿਆ ਵੇਖ ਕਿੰਨੀ ਮੌਜ ਲੱਗ ਗਈ ਉਹ, ਜੇ ਛਟਾਲਾ ਮੁੱਕ ਗਿਆ ਹੁਣ ਆਹ ਵੇਖ ਚੜ ਗਏ ਆ, ਤੇ ਇਹ ਮੁੱਕਣੇ ਆ ਤੇ ਗਾੜੀ ਹੋਰ ਜਿਹੜੇ ਬੀਜੇ ਉਹ ਹੋ ਜਾਣੇ ਆ, ਤੇ ਇਹਨਾਂ ਨੂੰ ਪਾਣੀ ਪੂਣੀ ਲਾਵਾਂਗੇ ਤੇ ਫਿਰ ਹੋਰ ਹੋ ਜਾਣੇ ਆ, ਗੱਲ ਹੀ ਕੋਈ ਨੀ ਗੀ, ਆਹ ਵਧੀਆ ਹੋ ਗਿਆ ਚੱਲ ਏਕੜ ਪੈ ਗਏ ਆ ਆਪਣਾ, ਤੇ ਹੁਣ ਇਹਨਾਂ ਨੂੰ ਦਿਨ ਚੜਦਾ ਤੇ ਪਿਛਾਂਹ ਬਣਦਾ। ਕੀ ਕਰਨ ਡੇ ਜੇ? ਉਹ ਆ ਪੱਠੇ ਜੇ ਹੀ ਕੁਦਰ ਕੇ ਹਟੇ ਆ ਹੀ, ਤੇ ਮੈਂ ਚੱਲ ਮੈਂ ਫੋਲ ਦਿੰਦਾ, ਤੇ ਦਿਨੇ ਕੁਤਰੇ ਜਾਂਦੇ ਕਿ ਹੁਣ ਸਵੇਰੇ ਸਵੇਰੇ ਏਡੇ ਮਨੇਰੇ ਪੁੱਤ ਦਿੱਤੇ ਸਾਰੇ। ਮੈਂ ਹਾਂ ਕੁਦਰ ਕੇ ਤੇ ਮੁੜ ਕੇ ਤੈਨੂੰ ਪਤਾ ਹੀ ਆ ਨਿਆਣਿਆਂ ਨੂੰ ਛੱਡਣ ਚਾਹੀਦਾ ਸਕੂਲੇ। ਛੱਡਣ ਚਾਹੀਦਾ ਉਹ ਤੇ ਮੈਂ ਗੱਲ ਕਰਨ ਆਈ ਆ, ਹਾਂ ਕਿ ਮਨਪ੍ਰੀਤ ਦੀ ਫੀਸ ਵੀ ਆ ਦੇਣ ਵਾਲੀ। ਤੇ ਤੂੰ ਉਹੋ ਗੱਲ ਕਰਨ ਆਈ, ਤੂੰ ਮਨੇਰੇ ਮਨੇਰੇ ਲੱਗੀ ਆ ਗੱਲ ਕਰਨ, ਮੈਨੂੰ ਤੇ ਐਂ ਲੱਗਦੀ ਚੱਲ ਤੂੰ ਮੈਨੂੰ ਡਰਾਈ ਦਿੰਦੀ ਹੁੰਦੀ ਆ ਵੀ ਮਨਪ੍ਰੀਤ ਦੀ ਫੀਸ ਦੇਣੀ ਆ, ਕੋਈ ਨੀ ਵਾਧੂ ਪੈਸੇ ਆਪਾਂ ਦੇਣ ਨੂੰ ਦੇ ਦਾਂਗੇ, ਤੇ ਪਰ ਮੈਂ ਇੱਕ ਗੱਲ ਹੈਗੀ ਅੱਜ ਮੇਰੇ ਕੋਲ ਐ ਨਹੀਂ ਉਹ। ਕਿਉਂ? ਤੂੰ ਮੈਨੂੰ ਕੱਲ ਦੱਸ ਦਿੰਦੀ ਵੀ ਉਹਦੀ ਫੀਸ ਤਾਰਨੀ ਆ, ਤੇ ਮੈਂ ਰਾਤੀ ਕਢਾ ਲਿਆਉਂਦਾ, ਤੇ ਆ ਸਵੇਰੇ ਹੁਣ ਇਹਨੂੰ ਸਕੂਲੇ ਛੱਡਣ ਜਾਣਾ, ਤੇ ਹੁਣ ਮੈਂ ਚੱਲ ਦੇ ਦਿੰਦੀ ਮੈਨੂੰ ਕੀ ਪਤਾ ਪੈਸੇ ਨਹੀਂ ਕੋਲ ਰੱਖੇ, ਕਿਤੇ ਰਾਤ ਬਰਾਤ ਤੇ ਲੋੜ ਪੈ ਜਾਏ ਕੋਈ ਐਮਰਜੈਂਸੀ ਤੇ ਫਿਰ ਪੈਸੇ ਕਿੱਥੋਂ ਕੋਲ ਰੱਖਣੇ ਚਾਹੀਦੇ ਪੈਸੇ ਥੋੜੇ ਬਹੁਤੇ, ਤੁਸੀਂ ਮੁਕਾ ਕੇ ਬੈਠੇ ਪੈਸੇ। ਚੱਲ ਕੋਈ ਨਹੀਂ ਟੈਨਸ਼ਨ ਨਾ ਲੈ, ਆਪਣੇ ਕੋਲ ਏਟੀਐਮ ਹੈਗਾ, ਹੁਣ ਬੈਂਕ 'ਚ ਜਾਣ ਦੀ ਲੋੜ ਹੀ ਨਹੀਂ, ਜਦੋਂ ਮੈਂ ਮਨਪ੍ਰੀਤ ਨੂੰ ਛੱਡਣ ਜਾਊਂਗਾ ਉੱਥੋਂ ਮੈਂ ਬੈਂਕ 'ਚ ਉਹਨੂੰ ਕਢਾ ਦੂੰਗਾ, ਜਿੰਨੇ ਆਖੂਗੀ ਮੇਰੀ ਧੀ ਮੈਂ ਉਹਨੇ ਪੈਸੇ ਦੇ ਦੇਣੇ ਆਪਣੀ ਧੀ ਨੂੰ। ਨਹੀਂ ਉਹਨੇ ਪੈਸੇ ਨਹੀਂ ਦੇ ਦੇਣੇ, ਜਿੰਨੇ ਆਖੂਗੀ ਜਿੰਨੇ ਚਾਹੀਦੇ ਆ ਉਹਨੇ ਦੇਈਦੇ ਪੈਸੇ, ਲੋੜ ਤੋਂ ਵੱਧ ਪੈਸੇ ਦਿੱਤੇ ਆ ਵੀ ਨਿਆਣੇ ਵਿਗੜਦੇ ਆ। ਨਹੀਂ ਨਹੀਂ ਦਵਿੰਦਰ, ਮੈਨੂੰ ਆਪਣੀ ਧੀ ਦੇ ਪੂਰਾ ਮਾਣ ਆ, ਮੈਂ ਹਿੱਕ ਠੋਕ ਵਜਾ ਕੇ ਕਹਿੰਦਾ ਮੇਰੀ ਧੀ ਇਕੱਲੀ ਜਿੱਥੇ ਮਰਜ਼ੀ ਜਾਵੇ ਨਾ ਤੇ ਮੈਨੂੰ ਪੂਰਾ ਮਾਣ ਆ, ਉਹ ਤਾਂ ਗੱਲ ਸਹੀ ਆ, ਗਲਤ ਕਦਮ ਨਹੀਂ ਉਹ ਚੁੱਕ ਸਕਦੀ, ਉਹ ਤਾਂ ਗੱਲ ਮੈਨੂੰ ਬਾਕੀ ਪਤਾ ਵਾ, ਜਿੰਨੇ ਪੈਸੇ ਉਹ ਮੰਗੂਗੀ ਨਾ ਮੇਰੀ ਧੀ, ਮੈਂ ਉਹਨੇ ਪੈਸੇ ਹੀ ਉਹਨੂੰ ਦੇ ਦੇਣੇ ਆ। ਚਲੋ ਉਹ ਤਾਂ ਦੇ ਦੇਣੇ ਆ, ਮੈਂ ਤੁਹਾਡੇ ਨਾਲ ਉਦਾਂ ਗੱਲ ਕਰਦੀ ਆ ਵੀ ਵਾਧੂ ਪੈਸੇ ਨਹੀਂ ਨਿਆਣੇ ਨੂੰ ਦੇਈਦੇ, ਤੁਸੀਂ ਜਿੰਨੇ ਮੰਗੋਗੇ ਇਦਾਂ ਨਹੀਂ ਦੇਈਦੇ, ਤੇ ਉਤਾਂ ਜਿੰਨੀ ਲੋੜ ਉਹਨੇ ਦੇ ਦਿਓ, ਥੋੜੇ ਕੋਈ ਉਤਰਾ ਹੋਰ 150 ਵਾਧੂ ਦੇ ਦਿਓ। ਵੇਖ ਜਿੰਨੇ ਉਹ ਵਰਤਨੇ ਹੁੰਦੇ ਉਹ ਵਰਤ ਲੈਂਦੀ ਤੇ ਬਾਕੀ ਵੀ ਲਿਆੜ ਕੇ ਮੋੜ ਦਿੰਦੀ ਆ, ਇਹੋ ਦੀ ਪੁੰਨੀ ਸਿਆਣਪ ਹੁੰਦੀ ਆ। ਆਹੋ ਤੇ ਗਾੜੀ ਨਿਆਣਾ ਵੀ ਸਾਡਾ ਡਿਆ ਵਾ ਨਾ ਪੜ੍ਹਨੇ ਇੱਕ ਪਾਸੇ, ਇਹਨਾਂ ਨੂੰ ਸਾਰੇ ਪਾਸੇ ਪੈਸੇ ਚਾਹੀਦੇ ਆ। ਕੋਈ ਨਹੀਂ ਫਿਰ ਕੀ ਆ, ਪੈਸੇ ਬਾਲਕ ਨੇ ਬਾਬੇ ਨੇ ਦਿੱਤੇ ਵਾਧੂ ਵਰਤਨ ਵਾਸਤੇ ਦਿੱਤੇ ਆ, ਸਿਆਣੇ ਕਹਿੰਦੇ ਹੁੰਦੇ ਆ ਜਿਹਨੂੰ ਵਰਤ ਲਈਏ ਉਹ ਮਾਇਆ ਵਾ ਤੇ ਜਿਹੜੀ ਉਦਾਂ ਪਈ ਉਹ ਕਾਗਤ ਵਾ। ਆਹੋ ਇਹ ਤਾਂ ਗੱਲ ਹੈ ਹੀ ਆ, ਜਿਹੜੇ ਵਰਤੀਏ ਖਰਚੇ ਜਾਣ ਨਾ ਉਹਨੂੰ ਮਾਇਆ ਆਖੀਦਾ ਵਾ। ਚਲੋ ਕੋਈ ਨਹੀਂ, ਉਹਨਾਂ ਨੇ ਕਾਗਤ ਹੀ ਆਏ, ਠੀਕ ਆ ਫਿਰ ਤੁਸੀਂ ਕਰ ਲਓ ਕੰਮ ਤੇ ਮੈਂ ਵੀ ਬਣ ਗਈ ਆ ਚਾਹ, ਚਾਹ ਪਾਣੀ ਸਭ ਕੋ ਬਣਿਆ ਵਾ, ਮੈਂ ਉਹਨਾਂ ਦੀ ਵੀ ਰੋਟੀ ਰਾਟੀ ਦਾ ਇੰਤਜ਼ਾਮ ਕਰ ਲਾਂਗਾ। ਉਹਨਾਂ ਕਰ ਦੇ ਲੈ, ਮੁੜ ਕੇ ਧਾਰਾਂ ਹੁਣੇ ਕੱਢਣੀਆਂ ਵਾ ਕਿ ਜਾਂ ਬਾਅਦ ਚ ਕੱਢਣੀਆਂ? ਕੋਈ ਨਹੀਂ, ਚਾਹ ਚ ਪੀ ਕੇ ਬਾਅਦ ਚ ਕੱਢ ਲੈਨੇ, ਕੋਈ ਗੱਲ ਨਹੀਂ, ਇਦਾਂ ਕਰ ਲਾ। ਤੇ ਹੁਣ ਇਦਾਂ ਕਰਿਓ ਥੋੜੇ ਜਿਹੇ ਪੈਸੇ ਵੱਧ ਲੈ ਆਇਓ, ਘਰ ਵੀ ਲੋੜ ਵਾ। ਜਦੋਂ ਮੈਂ ਛੱਡਣ ਜਾਊਂਗਾ ਨਾ ਮੈਂ ਲੈ ਆਊਂਗਾ ਉਹਨੂੰ, ਕੋਈ ਗੱਲ ਹੀ ਨਹੀਂ। ਠੀਕ ਆ, ਚੱਲ ਆ ਵੀ ਹੁਣ ਪੱਠੇ ਪੁੱਠੇ ਖਾ ਲਏ ਇਹਨਾਂ ਨੇ, ਤੇ ਮੈਂ ਨਾ ਧਾਰਾਂ ਟਾਈਮ ਨਾਲ ਕੱਢ ਲਈ, ਚਾਹ ਪੀ ਲਈਏ ਪਹਿਲਾਂ ਫੇਰ ਕੱਢਦੇ ਆ ਜੋ। ਪੋਤਰਾ ਮੈਂ ਆਖਣ ਡਿਆ ਵਾਂ ਵੀ ਵੇ ਸਵੇਰੇ ਸਵੇਰੇ ਕਿੱਦਾਂ ਵਧੀਆ ਲੱਗਦਾ ਈ ਉਹ, ਉਹ ਮੈਂ ਸਾਹਮਣੇ ਚੰਦਰਮਾ ਵੇ ਹਜੇ ਵੀ ਦਿਖਾਈ ਦੇਣ ਡਿਆ ਈ ਉਹ, ਜਿਉਂ ਜਿਉਂ ਦਿਨ ਚੜਦਾ ਜਾਣਾ ਤਿਉਂ ਤਿਉਂ ਇਹਨੇ ਥੱਲੇ ਤੁਰੇ ਜਾਣਾ, ਤੁਰੇ ਜਾਣਾ ਉਹ ਹਨਾ। ਜਦੋਂ ਗਰਮੀ ਹੁੰਦੀ ਆ ਨਾ ਉਦੋਂ ਲੱਗਦਾ ਇਤਨਾ ਵੀ ਤਾਂ ਹਨੇਰੀ ਆਉਣੀ, ਦੋ ਇਦਾਂ ਪਰਿਵਾਰ ਜਿਹਾ ਪੈ ਜਾਂਦਾ ਇਦਾਂ ਕਰਕੇ। ਮੈਂ ਇੱਕ ਗੱਲ ਵੇ ਸੋਚਣ ਡਿਆ, ਇੱਥੇ ਹੀ ਆਉਂਦਾ ਵੀ ਮੈਂ ਪੱਠੇ ਪਾ ਕੇ ਤੇ ਘਰੇ ਹੀ ਆਉਣਾ ਸੀ ਤੇ ਤੂੰ ਮੈਨੂੰ ਘਰੇ ਦੱਸ ਦਿੰਦੀ, ਮੇਰੇ ਮਗਰ ਉੱਥੇ ਦੱਸਣ ਗਈ ਫੀਸ ਦਾ ਸਵਾਸਤੇ। ਹਾਏ ਹਾਏ ਸਵਾਸਤੇ ਹੀ ਨਾ ਲੜਾਈ ਸ਼ੋ ਕੇ ਬਹਿ ਜਾਓ, ਜੇ ਚੱਲ ਵੀ ਗਈ ਤੇ ਕੀ ਹੋ ਗਿਆ? ਤੇ ਮੈਂ ਤਾਂ ਘਰੇ ਹੀ ਆਉਣਾ ਸੀ। ਹਾਏ ਹਾਏ ਜੇ ਮੈਂ ਚੱਲ ਗਈ ਉੱਧਰ ਤੇ ਫੇਰ ਕੀ ਹੋ ਗਿਆ? ਬਹੁਤ ਵਧੀਆ ਆ, ਸੋਹਣਾ ਹੋ ਗਿਆ। ਚਾਹ ਪੀਣੀ ਹੁੰਦੀ ਘੁੱਟ ਸਵੇਰੇ ਸਵੇਰੇ, ਕਰਦਾ ਨਿਆਣੇ ਉੱਠ ਖਲੋਣੇ ਹੀ ਹੁਣ, ਉਹਨਾਂ ਨੇ ਕਿਹੜਾ ਸਵਾਸਤੇ ਪਤਾ ਨਹੀਂ ਕੀ ਟੈਂ ਟੈਂ ਲਾਤਾ ਇਹਨਾਂ ਨੇ। ਲੈ ਚਾ ਚਲ ਸੁਣਾ। ਸ਼ਾਰਟ ਫਾਰਮ ਆਫ ਐਨ ਐਲੀਮੈਂਟ ਸਿੰਬਲ, ਐਲੀਮੈਂਟਸ ਹੈਵਿੰਗ ਵੈਲੈਂਸੀ ਟੂ ਡਾਇਵਲੈਂਟ,
ਐਲੀਮੈਂਟਸ ਹੈਵਿੰਗ ਪੋਜ਼ਿਟਿਵ ਵੈਲੈਂਸੀ ਬੇਸਿਕ ਰੈਡੀਕਲ ਵੇਖਾ ਆ ਹੀ ਗਿਆ ਨਾ ਰਾਤੀ ਕਹੀ ਜਾਂਦਾ ਸੀਗਾ ਮੈਨੂੰ ਨੀ ਯਾਦ ਹੋਣ ਡੇ ਮੈਨੂੰ ਨੀ ਯਾਦ ਹੋਣ ਡੇ ਪੜ੍ਹਦੇ ਸੀ ਇੱਕ ਵਾਰੀ ਮੈਂ ਹੁਣ ਕਿੰਨੀ ਵਾਰੀ ਪੜ੍ਹੀ ਪੜ੍ਹੀ ਜਾਣੇ ਆ ਤੈਨੂੰ ਕਿਹਾ ਜਿੰਨੀ ਚਿਰ ਤੱਕ ਨਹੀਂ ਨਾ ਆਉਂਦੇ ਓਨਾ ਚਿਰ ਤੱਕ ਰੱਟੇ ਲਾਈ ਜਾਇਆ ਕਰ ਲਾਈ ਜਾਇਆ ਕਰ ਅਵਲ ਤੇ ਸਮਝਿਆ ਕਰ ਤੇ ਜਿਹੜੀ ਚੀਜ਼ ਸਮਝ ਕੇ ਨਹੀਂ ਆਉਂਦੀ ਉਹਨੂੰ ਫਿਰ ਰੱਟੇ ਲਾ ਲਿਆ ਕਰ ਨੰਬਰ ਪੂਰੇ ਆਉਣੇ ਚਾਹੀਦੇ ਆ ਪਰਸੈਂਟੇਜ ਬਹੁਤ ਮੈਟਰ ਕਰਦੀ ਆ ਪਰਸੈਂਟੇਜ ਮੈਂ ਮੋਨੀਟਰ ਵਾਂ ਕਲਾਸ ਦਾ ਮੈਨੂੰ ਤੇ ਮੋਨੀਟਰ ਬਣਾ ਮੋਨੀਟਰ ਵਾਂ ਤੇ ਮੈਂ ਤੈਨੂੰ ਪੜਾਉਣੀ ਆ ਫੇਰ ਹੀ ਆ ਇਦਾਂ ਹੀ ਨਹੀਂ ਬਣ ਗਿਆ ਬਹੁਤ ਤੂੰ ਆਪੇ ਪੜਦਾ ਵਾਂ ਇਹ ਤੇ ਬਸ ਮੈਂ ਸੁਣਾਇਆ ਹੀ ਆ ਬਾਕੀ ਪੜਿਆ ਤੇ ਮੈਂ ਆਪੇ ਹੀ ਆ ਤੇ ਉਹ ਤੇ ਤੂੰ ਹੀ ਪੜਨਾ ਵਾਂ ਹੁਣ ਮੇਰਾ ਮੈਂ ਪੜਨਾ ਤੇਰਾ ਤੂੰ ਪੜਨਾ ਵਾਂ ਨਾਲੇ ਤੈਨੂੰ ਪਤਾ ਵਾ ਨਾ ਚੰਗੀ ਪਰਸੈਂਟੇਜ ਲੈ ਕੇ ਚੰਗਾ ਪਾਸ ਹੋਣਾ ਵਾ ਵੀ ਜਿਹੜੀ ਕੱਲ ਨੂੰ ਤੈਨੂੰ ਵਧੀਆ ਜੋਬ ਮਿਲ ਜੇ ਤੈਨੂੰ ਪਤਾ ਹੁਣ ਡੈਡੀ ਦਾ ਕੱਲਾ ਕੱਲਾ ਤੂੰ ਹੀ ਸਹਾਰਾ ਵਾ ਕਿੰਨੀਆਂ ਫੀਸਾਂ ਲਾਉਣ ਡੇ ਡੈਡੀ ਸਾਡੇ ਤੇ ਪਤਾ ਮੈਨੂੰ ਪਤਾ ਵਾ ਹੌਲੀ ਜੀ ਕਹਿ ਛੱਡਦਾ ਮੈਨੂੰ ਪਤਾ ਵਾ ਮੈਨੂੰ ਪਤਾ ਵਾ ਤੂੰ ਕਿਹਾ ਕਰ ਹਾਂ ਦੀਦੀ ਮੈਨੂੰ ਸਾਰਾ ਪਤਾ ਵਾ ਮੈਂ ਵੱਡਾ ਅਫਸਰ ਬਣੂੰਗਾ ਪਤਾ ਹੀ ਆ ਮੈਨੂੰ ਸਾਰਾ ਸਿਰ ਖਾਧਾ ਮੇਰਾ ਸਵੇਰੇ ਸਵੇਰੇ ਝਾਟਾ ਖਲਾਰ ਲਿਆ ਝਾਟਾ ਖਲਾਰ ਲਿਆ ਮੈਂ ਸਵੇਰ ਦੀ ਤਿਆਰ ਹੋ ਕੇ ਬਸ ਹੁਣ ਮੇਰਾ ਸਿਰ ਹੀ ਰਹਿ ਗਿਆ ਵਾ ਕਿੱਡਾ ਮੇਰਾ ਝਾਟਾ ਦੇਖਦਾ ਵਾ ਜਾ ਕੇ ਤਿਆਰ ਹੋ ਮੰਮੀ ਫਿਰ ਪਰੌਂਠੇ ਪਕਾ ਕੇ ਦਿੰਦੇ ਤਿਆਰ ਵਾ ਇੱਥੇ ਵਰਦੀ ਸਾਰੀ ਪਾਉਣ ਵਾਲੀ ਤਿਆਰ ਵਾ ਆ ਫੜ ਆਪਣੀ ਕਿਤਾਬ ਬੈਗ ਚ ਪਾ ਚੱਲ ਮੈਂ ਬਸ ਸਿਰ ਵਾਹ ਕੇ ਤਿਆਰ ਹੋ ਜਾਣਾ ਹੁਣ ਜਿਹੜੀ ਬਣਾਉਂਦੀ ਆ ਭਿੰਡੀਆਂ ਬਣਾਈਆਂ ਸੁੱਕੀਆਂ ਜੀਆਂ ਨਾ ਤੇ ਮੇਰਾ ਜੀ ਕਰਦਾ ਮੈਂ ਕਰਾਰੀ ਜੀ ਖਿਚੜੀ ਬਣਾ ਕੇ ਨਾ ਤੇ ਖਾਂਦੀ ਇੱਕ ਆਹ ਵੇਖ ਝੱਜਿਆਂ ਵਾਲੇ ਕੰਮ ਨਾ ਕਿਤੇ ਸਾਫ਼ ਸਫਾਈ ਤੇ ਆਹ ਵੇਖ ਨੰਗਾ ਸਭ ਕੁਛ ਰੱਖਿਆ ਵੀ ਤੁਸੀਂ ਪਹਿਲਾਂ ਆਪਣਾ ਆ ਕਰ ਲਓ ਕੰਮ ਤੇ ਮੁੜ ਕੇ ਫਿਰ ਤੁਸੀਂ ਜਾ ਕੇ ਤੇ ਕਰਦੀਆਂ ਰਹੋ ਜੋ ਕਰਨਾ ਮੰਮੀ ਆ ਕੀ ਪਾਉਣ ਲੱਗਾ ਖਿਚੜੀ ਬਣਾਉਣ ਲੱਗੀ ਆ ਹੋਰ ਕੀ ਕਰਨਾ ਮੈਂ ਆਹ ਕਰਾਰੀ ਜੀ ਬਣਾਉਂਦੀ ਆ ਭਿੰਡੀਆਂ ਜੀਆਂ ਸੁੱਕੀਆਂ ਤੇ ਮੇਰਾ ਜੀ ਨਹੀਂ ਕਰਦਾ ਹੋ ਮੰਮੀ ਕਿੰਨੇ ਫੁਲਕੇ ਲਾਏ ਪਏ ਆ ਤੇ ਭਿੰਡੀਆਂ ਕਿੰਨੀਆਂ ਪਈਆਂ ਵਾ ਹੁਣ ਇਦਾਂ ਕਰਦੇ ਉਹ ਮਕਾ ਲੈਨੇ ਆ ਤੇ ਖਿਚੜੀ ਦੁਪਹਿਰਾਂ ਨੂੰ ਬਣਾ ਲਾਂਗੇ ਨਾ ਧੀਏ ਮੈਂ ਤੇ ਹੁਣੀ ਬਣਾ ਕੇ ਖਾਣੀ ਮੈਨੂੰ ਨਹੀਂ ਉਹ ਸੁੱਕੀਆਂ ਜੀਆਂ ਭਿੰਡੀਆਂ ਚੰਗੀਆਂ ਲੱਗਦੀਆਂ ਤੇ ਸੁੱਕੀਆਂ ਹੀ ਰੋਟੀਆਂ ਤੇ ਹੁਣ ਮੈਂ ਤੇ ਆ ਪਤਲੀ ਜੀ ਖਿਚੜੀ ਬਣਾ ਲੈਣ ਲੱਗੀ ਮੰਮੀ ਹੁਣ ਤੁਸੀਂ ਖਿਚੜੀ ਬਣਾ ਲੈਣਾ ਮੁੜ ਕੇ ਤੁਸੀਂ ਆਂਢ ਗੁਆਂਢ ਜਾ ਕੇ ਦੱਸਣਾ ਆਪੇ ਖਿਚੜੀ ਬਣਾਈ ਆਪੇ ਮੈਂ ਖਾਧੀ ਫਿਰ ਤੁਸੀਂ ਚੁਗਲੀਆਂ ਕਰਨੀਆਂ ਜਾ ਕੇ ਜਿੱਦਾਂ ਤੁਸੀਂ ਮੈਨੂੰ ਵੇਖਣ ਗਏ ਸੀ ਨਾ ਉਦੋਂ ਤੁਸੀਂ 100 ਮੈਨੂੰ ਗੱਲਾਂ ਕਹੀਆਂ ਸੀ ਮੈਂ ਤੂੰ ਮੇਰੀ ਧੀ ਆ ਤੂੰ ਮੇਰੀ ਫਲਾਣ ਵਾ ਹੁਣ ਤੁਸੀਂ ਉਧਰ ਬਹਿ ਬਹਿ ਕੇ ਜਾ ਕੇ ਗੱਲਾਂ ਕਰਦੇ ਮੈਂ ਕਹੀ ਹੁਣ ਵੀ ਧੀ ਆ ਮੈਂ ਤੈਨੂੰ ਕੀ ਆਖਿਆ ਵਾ ਹੁਣ ਜੇ ਮੰਮੀ ਮੈਂ ਤੁਹਾਡੀ ਧੀ ਹੁੰਦੀ ਨਾ ਤੁਸੀਂ ਮੇਰੀਆਂ ਚੁਗਲੀਆਂ ਨਾ ਕਰਦੇ ਆਂਢ ਗੁਆਂਢ ਬਹਿ ਕੇ ਹਾਏ ਹਾਏ ਨੀ ਕਿਉਂ ਧੀਏ ਝੂਠ ਬੋਲਦੀ ਆ ਅਸੀਂ ਤੇ ਆਪਣੀਆਂ ਵਿਹਾਰੀ ਗੱਲਾਂ ਕਰਦੀਆਂ ਹੁੰਦੀਆਂ ਤੇ ਤੇਰੇ ਦਿਲ ਚ ਸਾਡੀਆਂ ਚੁਗਲੀਆਂ ਕਰਦੀਆਂ ਵਾ ਜੇ ਧੀ ਆ ਬਣਾ ਕੇ ਲਿਆਈ ਤੇ ਮੈਂ ਧੀ ਬਣਾਇਆ ਵਾ ਹੁਣ ਜਿੱਦਾਂ ਖਿਚੜੀ ਆ ਮੰਮੀ ਹੁਣ ਤੁਸੀਂ ਆਪ ਬਣਾ ਲੈਣੀ ਆ ਇਹੋ ਜਾ ਕੇ ਮੁੜ ਕੇ ਉੱਥੇ ਜਾ ਕੇ ਤੁਸੀਂ ਚੁਗਲੀ ਲਾ ਦੇਣੀ ਆ ਵੀ ਮੈਂ ਆਪੇ ਬਣਾਈ ਆਪੇ ਖਾਧੀ ਇੰਨਾ ਨਹੀਂ ਕਿ ਤੇ ਮੇਰੀ ਨੂੰਹ ਨੇ ਆਖਿਆ ਵੀ ਮੈਂ ਖਿਚੜੀ ਬਣਾਉਣੀ ਤੇ ਮੈਂ ਹੱਥ ਫਾੜ ਹੀ ਲਵਾਂ ਤਾਂ ਤੂੰ ਧੀਏ ਫਿਰ ਥੋੜੀ ਜਿਹੀ ਦਾਲ ਹੀ ਨਾਲ ਬਣਾ ਲੈਨੀ ਆ ਉਹ ਸੁੱਕੀ ਲੰਘਦੀ ਆ ਸਬਜ਼ੀ ਮੰਮੀ ਨਾਲ ਦਹੀਂ ਜੋ ਹੈਗਾ ਵਾ ਦਹੀਂ ਤਾਂ ਹੈਗਾ ਵਾ ਪਰ ਨਹੀਂ ਮੈਨੂੰ ਬਣਾ ਲੈਂਦੇ ਮੈਂ ਕਿਹੜਾ ਤੈਨੂੰ ਆਖਿਆ ਵੀ ਤੂੰ ਮੈਨੂੰ ਬਣਾ ਦੇ ਮੈਂ ਗੱਲਾਂ ਉਧਰ ਕੀ ਕਰਨੀਆਂ ਵਾ ਜਾ ਕੇ ਇਹੋ ਹੀ ਆ ਨਾ ਜੇ ਕਿਤੇ ਮੈਂ ਆਖ ਦੂੰਗੀ ਵੀ ਨਹੀਂ ਮੇਰਾ ਜੀ ਕਰਦਾ ਤੇ ਮੈਂ ਖਿਚੜੀ ਬਣਾ ਲਈ ਚਲੋ ਠੀਕ ਇਹਦੇ ਵਿੱਚ ਚੁਗਲੀ ਵਾਲੀ ਧੀਏ ਕਿਹੜੀ ਗੱਲ ਮੰਮੀ ਆ ਤੇ ਚੁਗਲੀ ਵਾਲੀ ਗੱਲ ਵਾ ਇਹੋ ਕਿਤੇ ਤੁਹਾਡੀ ਧੀ ਹੁੰਦੀ ਨਾ ਚੁਗਲੀ ਨਹੀਂ ਤੁਸੀਂ ਕਰਨੀ ਇਹ ਆ ਵੀ ਸੁੱਖ ਦੀਆਂ ਤਾਂ ਕਦੀ ਤੁਸੀਂ ਚੁਗਲੀਆਂ ਨਹੀਂ ਕੀਤੀਆਂ ਮੇਰੀਆਂ ਤੁਸੀਂ ਵਨਸਵਨੀਆਂ ਕਰਦੇ ਆ ਜਾ ਜਾ ਕੇ ਇਹ ਤੇਰੇ ਮੈਮ ਹੋ ਗਿਆ ਮੈਂ ਨਹੀਂ ਕੀਤੀ ਤੇਰੀ ਕਦੀ ਕੋਈ ਗੱਲ ਕੀਤੀ
ਮੰਮੀ ਵਹਿਮ ਕੋਈ ਨਹੀਂ ਹੈਗਾ, ਸੱਚ ਗੱਲ ਵਾ, ਉਹ ਤੁਹਾਡੀ ਮਰਜ਼ੀ, ਹੁਣ ਤੁਸੀਂ ਬਣਾ ਕੇ ਖਾਣੀ ਹੈ ਤੇ ਖਾ ਲਓ, ਦਹਾਂ ਘਰਾਂ 'ਚ ਮੁੜ ਕੇ ਤੁਸੀਂ ਜਾ ਕੇ ਦੱਸਣਾ। ਨਹੀਂ ਮੈਂ ਨਹੀਂ ਦੱਸਦੀ, ਮੈਂ ਸੱਟ ਲਿਆਵਾਂ ਇਹਨੂੰ ਚੌਲਾਂ ਨੂੰ। ਸੁੱਖ ਹੁਣ ਤੇਰੇ ਕੋਈ ਢਿੱਡ ਪੀੜ ਨਹੀਂ ਹੋਣ ਦੀ, ਮੈਂ ਕਦੋਂ ਦੀ ਵੇਖਣ ਦੀ ਸੂਟਾਂ ਦੀਆਂ ਫੋਟੋਆਂ ਵੇਖੀ ਜਾਂਦੀ ਹਾਂ, ਮੈਨੂੰ ਇੰਨਾ ਪਤਾ ਹੀ ਤੂੰ ਅੱਜ ਟੈਸਟ ਨਹੀਂ ਨਾ ਲਰਨ ਕੀਤਾ। ਆਉਂਦਾ ਹੀ ਨਹੀਂ ਮੈਨੂੰ ਲਰਨ, ਤਾਂ ਦੂਰ ਦੀ ਗੱਲ ਵਾ ਨਹੀਂ ਹੈਗਾ, ਤੇ ਮੈਂ ਜਿਹਨੇ 2 ਘੰਟੇ ਲਾ ਕੇ ਤੇ ਤਿਆਰੀ ਕਰਦੀ ਰਹੀ। ਤੇਰਾ ਟੈਸਟ ਕੀਤੇ ਦਾ ਮਨਪ੍ਰੀਤ ਕੋਈ ਫਾਇਦਾ ਹੈਗਾ ਜੇ ਮੈਨੂੰ ਹੀ ਨਹੀਂ ਆਉਂਦਾ ਟੈਸਟ ਤੇ? ਜੇ ਮੈਨੂੰ ਆਉਂਦਾ ਹੋਵੇ ਨਾ ਟੈਸਟ, ਤੂੰ ਫੇਰ ਹੀ ਤੇਰਾ ਫਾਇਦਾ ਲੈਂਦੀ ਮਾੜਾ ਮੋਟਾ। ਤੂੰ ਕਾਹਤੋਂ ਬਹਾਨਾ ਲਾਇਆ ਪਈ ਮੈਨੂੰ ਢਿੱਡ ਪੀੜ ਹੋਣ ਦੀ, ਢਿੱਡ ਪੀੜ ਹੋਣ ਦੀ? ਉਹ ਟਾਈਮ ਜਿਹੜਾ ਬਹਾਨਾ ਸੁੱਝਿਆ ਮੈਂ ਲਾਤਾ, ਤੂੰ ਮੈਨੂੰ ਮਾੜਾ ਜਿਹਾ ਪੁੱਛ ਲੈਂਦੀ ਵੀ ਮਨਪ੍ਰੀਤ ਜੇ ਤੂੰ ਤਿਆਰੀ ਕੀਤੀ ਹੈ ਤੇ ਮੈਂ ਤੈਨੂੰ ਦੱਸ ਦਿੰਦੀ। ਮਾਰ ਲੈਂਦੀ, ਪਤਾ ਹੀ ਹੈ ਚੰਗਾ ਤੈਨੂੰ ਡੀਪੀ ਸਰ ਦਾ, ਉਹਨੇ ਮਾਰਨ ਦੇਣੀ ਸੀ ਨਕਲ। ਅਗਲੇ ਦਾ ਧਿਆਨ ਮੇਰੇ ਵੱਲ ਹੀ ਹੁੰਦਾ ਵਾ ਕਿ ਇਹਨੂੰ ਆਉਂਦਾ ਵਾ ਕਿ ਨਹੀਂ, ਚੰਗਾ ਭਲਾ ਪਤਾ ਆਪੇ ਤੂੰ ਪੜ੍ਹ ਲੈਂਦੀ ਹੈ। ਹੁਣ ਅਜੇ ਬੱਸ ਆਉਣ ਦੇ ਵਿੱਚ 2 ਘੰਟੇ ਪਏ ਆ, ਨਾ ਘਰ ਪਹਿਲਾਂ ਜਾ ਸਕਦੇ ਤੇ ਨਾ ਹੁਣ ਇਹੋ ਹੀ ਗੱਲ ਵੀ ਹੱਡੀ ਅੜ ਗਈ ਆ, ਨਾ ਗਾਂਹ ਨਗਾਉਣ ਜੋਗੇ ਨਾ ਪਛਾਣ ਆਉਣ ਜੋਗੇ। ਤੇ ਬੈਠੀ ਰਿਹਾ ਹਾਂ ਇੱਥੇ, ਕੀ ਕਰਨਾ ਵਾ ਘਰ ਜਾ ਕੇ? ਨਹੀਂ ਇੱਥੇ ਟਾਈਮ ਟੂਮ ਲੰਘਦਾ ਐਵੇਂ, ਜੇ ਕਿਤੇ ਵੇਖ ਲੈ ਨਾ ਕਿਤੇ ਇੱਥੇ ਲੱਗੇ ਹੋਸਪਿਟਲ ਆ, ਤੇ ਜੇ ਕੋਈ ਆਪਣੇ ਆਂਢ ਗੁਆਂਢ ਦਾ ਆਇਆ ਹੋਇਆ ਤੇ ਮੇਰੀ ਤੇ ਪੁੱਤਣੀ ਮੋਂਦਣੀ ਉਹਨਾਂ ਨੇ। ਉਹ ਨਹੀਂ ਕਿਤੇ ਕੋਈ ਵੀ ਵੇਖਦਾ, ਉਹ ਪਰੇ ਆ ਹੋਸਪਿਟਲ, ਆਪਾਂ ਇੱਥੇ ਪਾਰਕ 'ਚ ਬੈਠੀਆਂ ਵਾ। ਤੇਰਾ ਤੇ ਉਹ ਕੰਮ ਆ ਜਿੱਦਾਂ ਬਿਲ ਉਹ ਕਬੂਤਰ ਨੀ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦਾ ਵੀ ਮੈਨੂੰ ਕਿਹੜਾ ਕੋਈ ਵੇਖਣ ਡਿਆ, ਆਪ ਨੂੰ ਦਿਖਣ ਵੜ ਜਾਂਦਾ, ਕੋਈ ਪਤਾ ਹੁੰਦਾ ਵਾ ਕਿੰਨੇ ਵੇਖ ਲੈਣਾ। ਉਹ ਜਾਗਾ ਤੂੰ ਵੀ ਨਾ ਗਲਤ ਮੁਲਤੀ ਬੋਲੀ ਜਾਇਆ ਕਰ, ਬਸ ਕਿਤੇ ਨਹੀਂ ਕੋਈ ਵੇਖਦਾ। ਹੁਣ ਕਿਹਨੂੰ ਮੈਸੇਜ ਕਰੀ ਜਾਣਦੀ? ਤੈਨੂੰ ਕਿਹੜਾ ਭੁਲੇਖਾ ਵੀ ਕਿਹਨੂੰ ਕਰਨੇ ਮੈਂ? ਜਿੱਦਣ ਕਿਤੇ ਫੜੀ ਗਈ ਨਾ ਤੇ ਮੈਨੂੰ ਨਾ ਵਿੱਚ ਲਿਆਵੀਂ, ਮੈਂ ਦੂਰ ਦੂਰ ਤੱਕ ਹੱਥ ਖੜੇ ਕਰ ਦੇਣੇ ਵੀ ਮੇਰਾ ਕੋਈ ਵਾਹ ਵਾਸਤਾ ਨਹੀਂ ਹੈਗਾ ਇਹਦੇ ਨਾਲ। ਹਾਏ ਹਾਏ ਤੂੰ ਨਾ ਮੈਨੂੰ ਨਾ ਅੱਜ ਤੇਰੇ ਤੇ ਗੁੱਸਾ ਵੀ ਆਉਣ ਡਿਆ ਵਾ, ਤੂੰ ਚੰਗਾ ਚੱਜ ਸਵਾਦੀ ਜ਼ਬਾਨ ਕੱਢ ਲਾ, ਫੜੀ ਐਵੇਂ ਜਾਊਂਗੀ ਤਾਂ ਪਤਾ ਹੀ ਨਹੀਂ ਲੱਗਣਾ। ਤੇ ਮੈਨੂੰ ਕਈ ਵਾਰੀ ਏਦਾਂ ਲੱਗਦਾ ਕਿ ਮੈਂ ਤੇਰੀ ਨਾ ਸਹੇਲੀ ਬਣ ਕੇ ਗਲਤ ਕਰ ਲਿਆ। ਕੀ ਗਲਤ ਕੀਤਾ? ਮੈਂ ਹੋਰ ਕੋਈ ਹੁਣ ਫਰੈਂਡ ਲੱਭ ਲੈਣੀ ਤੇ ਮੈਂ ਉਹਦੇ ਨਾਲ ਚਲਾ ਜਾਇਆ ਕਰਨਾ। ਫਰੈਂਡ ਲੱਭਣੀ ਆ ਕਿ ਫਰੈਂਡ ਲੱਭਣਾ ਵਾ? ਦੱਸ, ਮੈਂ ਨਹੀਂ ਲੱਭਦੀ ਫਰੈਂਡ, ਦੱਸ ਦੇ ਲੱਭ ਦਿੰਦੀ ਆ ਮੈਂ ਵੀ ਨਾਲ। ਤੂੰ ਆਪਣਾ ਸਾਂਭ ਜਿਹੜਾ ਲੱਭਿਆ ਤੇ ਮੈਂ ਦੋਨੋਂ ਹੀ ਮੈਸੇਜ ਕਰਨ ਡਈ ਆ, ਤੇ ਹੋਰ ਪਵਾੜੇ 'ਚ ਹੀ ਪੈਣਾ ਵਾ। ਫਿਰ ਤੂੰ ਕਹਿਣਾ ਵਾ ਮੇਰੇ ਮਾਂ ਪਿਓ ਮੰਨਦੇ ਨਹੀਂ ਵਿਆਹ ਵਾਸਤੇ, ਤੇ ਤੈਨੂੰ ਪਤਾ ਵਾ ਮਾਂ ਪਿਓ ਨੇ ਤੇ ਮੰਨਣਾ ਹੀ ਨਹੀਂ ਹੁੰਦਾ। ਤੇ ਕੋਈ ਨਹੀਂ ਮੰਨ ਜਾਣਗੇ ਕਿ ਹਜੇ ਕਿਹੜਾ ਵਿਆਹ ਕਰਾਉਣਾ ਵਾ, ਜਦੋਂ ਵਿਆਹ ਦੀ ਵਾਰੀ ਆਊ ਉਦੋਂ ਵਿਆਹ ਦਾ ਵੀ ਵੇਖ ਲਾਂਗੇ। ਉਦੋਂ 6 ਮਹੀਨੇ ਦਾ ਸਮੈਸਟਰ ਰਹਿ ਗਿਆ, ਬਾਅਦ 'ਚ ਪੇਪਰ ਹੋ ਗਏ, ਫਾਈਨਲ ਹੋ ਜਾਣਾ ਵਾ ਆਪਣਾ, ਤੇ ਫਿਰ ਮੇਰੇ ਤੇ ਰਿਸ਼ਤੇ ਵੀ ਆਉਣ ਲੱਗ ਪਏ ਆ ਘਰ, ਤੇ ਤੇਰਾ ਤੇ ਮੈਨੂੰ ਪਤਾ ਨਹੀਂ ਕੋ। ਮੇਰਾ ਨਹੀਂ ਕਰਦੇ ਨੇ ਹਜੇ ਕਰਨਾ, ਕੋਈ ਨਹੀਂ ਮੈਂ ਕਿਤੇ ਨਾ ਕਿਤੇ ਜੋਬ ਜੂਬ ਕਰਨ ਲੱਗ ਪਣਾ, ਘਰ ਤੇ ਨਹੀਂ ਮੈਂ ਰਹਿਣਾ, ਘਰ ਨਹੀਂ ਮੈਂ ਰਹਿ ਸਕਦੀ। ਆਹੋ ਘਰੇ ਤੇਰਾ ਫੋਨ ਵੀ ਫੜਿਆ ਜਾਣਾ ਤੇ ਤੇਰੇ ਵੱਜਣੀਆਂ ਬੜੀਆਂ ਕਹਿੰਦੀ। ਤੂੰ ਜਦੋਂ ਵੀ ਬੋਲੇਂਗੀ ਨਾ ਗਲਤ ਹੀ ਬੋਲੇਂਗੀ, ਜਦੋਂ ਦੀ ਮੇਰੇ ਲਾਗੇ ਬੈਠੀ ਕੋ ਨਾ ਕੋ ਗਲਤ ਬੋਲੀ ਜਾਣ ਦੀ, ਬੋਲੀ ਜਾਣ ਰਹੀ ਆ। ਚੱਲ ਆ ਤੈਨੂੰ ਇੱਕ ਚੀਜ਼ ਵਿਖਾਵਾਂ, ਤੈਨੂੰ ਇਦਾਂ ਨਹੀਂ ਸਮਝ ਲੱਗਣਾ, ਪ੍ਰੈਕਟੀਕਲ ਦਿਖਾਵਾਂ। ਕੀ ਆ ਕੀ ਵਿਖਾ ਲੈਣਾ ਵਾ ਹੁਣ? ਇੱਥੇ ਕੀ ਖਜ਼ਾਨਾ ਨੱਪਿਆ ਵਾ ਹੁਣ? ਤੈਨੂੰ ਪਤਾ ਕਬਰਾਂ ਵਾ? ਆਹੋ ਤੇ ਪਤਾ ਹੀ ਆ ਹਨਾ, ਇਹ ਕਬਰਾਂ ਬਣੀਆਂ ਜਿਨ੍ਹਾਂ ਨੇ ਜੰਗ ਜਿੱਤਿਆ ਸੀਗਾ ਉਹਨਾਂ ਦੀਆਂ। ਬਹੁਤੀ ਗਲਤ ਬੋਲਣ ਡਈ ਕਿ ਖਾਣਾ ਬਈ ਮੇਰੇ ਕੋਲ ਆ ਜਾ ਉਧਰ ਬਈਏ। ਜਦ ਤੂੰ ਨਾ ਮੇਰੀ ਹਰ ਇੱਕ ਗੱਲ ਏਦਾਂ ਮਜ਼ਾਕ ਦੇ ਵਿੱਚ ਲੈ ਲੈਣੀ ਆ, ਮੈਂ ਮਜ਼ਾਕ ਕਰਦੀ ਨਹੀਂ ਸੁੱਖ ਉਦਾਂ ਤੇ ਹੈ ਹੀ ਮਜ਼ਾਕ ਵਾਲੀ ਗੱਲ, ਮੈਂ ਕਰਦੀ ਪਿਆਰ ਮੇਰਾ ਤੈਨੂੰ ਕੀ ਵਿੱਚ ਹੈਗੀ ਦੱਸ? ਤੇਰੇ ਘਰ
ਘਰਦਿਆਂ ਦਾ ਪਿਆਰ ਕਿੱਥੇ ਗਿਆ ਸੁੱਖ? ਤੇ ਘਰਦਿਆਂ ਦੀ ਵੇਖੀ ਜਾਊਗੀ, ਘਰਦਿਆਂ ਨੂੰ ਮੈਂ ਮਨਾ ਲੂੰਗੀ ਆਪੇ। ਜਿਹੜੀ ਤੇ 2-4 ਦਿਨ ਤੇਰੇ ਮਗਰ ਫਿਰਿਆ ਤੇ ਤੂੰ ਉਹਨੂੰ ਹਾਂ ਕਰਦੀ, ਹੁਣ ਮੇਰੇ ਮਗਰ ਵੀ ਤੇ ਕਈ ਫਿਰਦੇ ਹੀ ਆ। ਪਰ ਤੂੰ ਤਾਂ ਛੁਦੈਣ ਵਾ, ਛੁਦੈਣ ਵਾ ਐਵੇਂ ਤੂੰ ਕੋਈ ਚੰਗਾ ਜਿਹਾ ਵੇਖ ਲਾ, ਕੋਈ ਆਖ ਮੈਂ ਲੱਭ ਦਿੰਦੀ। ਮੈਂ ਇੰਨੇ ਸੈਪਾਂ ਤੇ ਨਹੀਂ ਪੈਣਾ, ਵਿਆਹ ਹੀ ਕਰਾਉਣਾ ਨਾ ਇੱਕ ਦਿਨ ਨੂੰ ਮਾਂ ਪਿਓ ਨੇ ਲੱਭ ਕੇ ਕਰ ਦੇਣਾ। ਹੁਣ ਤੂੰ ਤੂੰ ਹੁਣ ਸਿਲੈਕਟ ਕਰ ਲਿਆ ਨਾ, ਤੂੰ ਵੇਖੀ ਰਿੜਕੜੀਆਂ ਕੱਢਣੀਆਂ ਵਾ ਮਾਂ ਪਿਓ ਨੂੰ ਤੇ ਮੈਨੂੰ ਆਹ ਮੁੰਡਾ ਪਸੰਦ ਆ, ਇੰਨਾ ਕਰ ਦੋ। ਭਾਵੇਂ ਉਹ ਉਹਦੇ ਨਾਲ ਮਾੜਾ ਲੱਭ ਕੇ ਤੇਰਾ ਕਰ ਦੇਣਗੇ, ਪਰ ਮਜ਼ਾ ਲਾ ਕੇ ਤੇ ਉਹ ਮੰਨ ਜਾਣਗੇ ਵੀ ਜਿਹੜੀ ਤੇਰੀ ਚੋਇਸ ਆ ਉਹਦੇ ਨਾਲ ਵਿਆਹ ਕਰ। ਮਨਾ ਲੈਣਾ ਮੈਂ, ਤੂੰ ਮੇਰੀ ਟੈਨਸ਼ਨ ਨਾ ਲਿਆ ਕਰ। ਤੈਨੂੰ ਮੈਂ ਕਿਹਾ ਨਾ ਮੈਂ ਆਪਣੇ ਮੰਮੀ ਡੈਡੀ ਨੂੰ ਮਨਾ ਲੈਣਾ ਵਾ, ਮਨਾ ਲੈ। ਜੇ ਬਹੁਤੀ ਗੱਲ ਹੋਈ ਤਾਂ ਆਪਾਂ ਕੋਈ ਵਿਚੋਲਾ ਪਾ ਲੈਣਾ ਵਿੱਚ, ਪਰ ਵਿਆਹ ਮੈਂ ਉੱਥੇ ਹੀ ਕਰਾਉਣਾ ਵਾ। ਤੂੰ ਟਾਈਮ ਆਉਂਦੇ ਬੜੀਆਂ ਵੱਜਣੀਆਂ ਹੀ ਤੁਹਾਡੇ ਤੇ, ਤੂੰ ਪਹਿਲਾਂ ਹੀ ਗੱਲਾਂ ਕਰੀ ਜਾ। ਜੇ ਤੇਰਾ ਵਿਚੋਲਾ ਵੀ ਤੇ ਪੈਣਾ ਹੀ ਆ। ਲਵ ਮੈਰਿਜ ਨਾਲ ਦੀ ਰੀਸ ਨਹੀਂ, ਇੱਕ ਤੇ ਵੇਖ ਮੈਂ ਉਹਨੂੰ ਜਾਣਦੀ ਹਾਂ ਹਨਾ, ਉਹਨੂੰ ਮੇਰੇ ਸੁਭਾਅ ਦਾ ਪਤਾ, ਮੈਨੂੰ ਉਹਦੇ ਸੁਭਾਅ ਦਾ ਪਤਾ ਹਨਾ, ਮੇਰੀਆਂ ਕੀ ਖਾਮੀਆਂ ਉਹਨੂੰ ਪਤਾ, ਉਹਦੀਆਂ ਕੀ ਸਾਰਾ ਕੁਛ ਮੈਨੂੰ ਪਤਾ। ਆਪਾਂ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਹਾਂ ਤੇ ਐਡਜਸਟਮੈਂਟ ਕਰਨ ਵਿੱਚ ਸਾਨੂੰ ਜਿਹੜੀ ਬਾਅਦ 'ਚ ਔਖਾ ਨਹੀਂ ਹੋਣਾ, ਇਹ ਗੱਲ ਵਧੀਆ ਹੀ ਆ। ਪਤਾ ਨਹੀਂ ਹੋ, ਮੈਂ ਤੇ ਆਪਣੇ ਆਂਢ ਗੁਆਂਢ ਵੇਖਦੀ ਹਾਂ ਕਿਸੇ ਦੀ ਲਵ ਮੈਰਿਜ ਵੀ ਆ ਪਿੰਡ ਦੇ ਵਿੱਚ ਰਹੀ ਜਾਂ ਨਾ ਹਨਾ, ਕਿਸੇ ਦੀ ਲਵ ਮੈਰਿਜ ਆ, ਕਿਸੇ ਦੀ ਅਰੇਂਜ ਮੈਰਿਜ ਆ, ਲੜਾਈਆਂ ਸਾਰਿਆਂ ਦੀਆਂ ਹੀ ਹੁੰਦੀਆਂ ਯਾਰ, ਅਰੇਂਜ ਵਾਲਿਆਂ ਦੀ ਤੇ ਲਵ ਵਾਲੇ ਦੀਆਂ ਵੀ। ਇਹ ਗੱਲ ਵਧੀਆ ਨਾ, ਮੈਂ ਆਪ ਲੱਭ ਲਿਆ ਸੋ ਮੰਮੀ ਡੈਡੀ ਨੂੰ ਤਕਲੀਫ ਨਹੀਂ ਲੱਭਣ ਵਿੱਚ। ਚਲ ਵੇਖ ਲਾਂਗੇ ਕੀ ਭਾਅ ਵੇਖਦੀ ਆ, ਉਦਾਂ ਮੈਂ ਤੈਨੂੰ ਐਗਜ਼ਾਮਪਲ ਦੇਤੀ ਵੀ ਇਦਾਂ ਤੇਰੀਆਂ ਬਣ ਜਾਣੀਆਂ ਹੀ। ਐਗਜ਼ਾਮਪਲਾਂ ਤਾਂ ਤੇਰੀਆਂ ਰੋਜ਼ ਨਵੀਆਂ ਤੋਂ ਨਵੀਆਂ ਹੁੰਦੀਆਂ, ਅੱਜ ਕਿਹੜੀ ਹੈਗੀ ਆ ਵੀ ਅੱਜ ਕਿਹੜੀ ਨਵੀਂ ਦੇਣ ਡਈ ਆ, ਤੂੰ ਤਾਂ ਰੋਜ਼ ਕੋਈ ਨਾ ਕੋਈ ਲੱਭਿਆ ਹੁੰਦਾ। ਮੇਰੀ ਗੱਲ ਸੁਣ, ਉਹਦਾ ਤੂੰ ਨਾ ਕੋ, ਮੈਨੂੰ ਲੱਗਦਾ ਵਾ ਵੀ ਤੂੰ ਮੈਨੂੰ ਸੜ ਡਈ ਆ। ਮੈਂ ਨਹੀਂ ਸੜਦੀ ਤੇ ਤੋਂ, ਮੈਂ ਸੜਦੀ ਆ ਜਦੋਂ ਮੈਨੂੰ ਫੋਨ ਆਉਂਦਾ ਮੈਂ ਗੱਲ ਕਰਦੀ, ਤੂੰ ਲਾਗੇ ਬੋਰ ਹੋਣ ਡਈ ਹੁੰਨੀ ਆ। ਮੈਂ ਬੋਰ ਪਤਾ ਕਿਉਂ ਹੁੰਦੀ ਹੁੰਨੀ ਆ, ਪਰ ਮੈਨੂੰ ਮੇਰੇ ਮਾਂ ਪਿਓ ਨੇ ਤੇਰੇ ਨਾਲ ਪੜ੍ਹਨੇ ਪਾਇਆ ਵੀ ਤੇਰੇ ਨਾਲ ਮੈਂ ਘਰ ਜਾਣਾ ਹੁੰਦਾ, ਨਹੀਂ ਤੇ ਮੈਂ ਤੇ ਕਦੋਂ ਦੀ ਚਲ ਜਾ। ਤੇ ਮੈਂ ਕਿਹੜਾ ਤੈਨੂੰ ਕੋਈ ਲਾਮਾ ਦਵਾਉਣ ਡਈ, ਸਾਡੇ ਘਰਦਿਆਂ ਨੂੰ ਕੋਈ ਲਾਮਾ ਮਿਲ ਡਿਆ ਵਾ? ਜੇ ਜਿੱਦਣ ਉਦਣ ਬੱਸ 'ਚ ਬੈਠਾ ਸੀ, ਉਹ ਆ ਜਾਗਾ ਜਾਣੇ ਸੀਗੇ ਉਦਣ, ਵੇਖ ਲੈਂਦੇ ਕੋਈ ਤਾਂ ਸਿਆਪਾ ਹੀ ਪੈਣਾ ਸੀਗਾ। ਕਿਤੇ ਨਹੀਂ ਸਿਆਪਾ ਪੈਂਦਾ, ਮੇਰੇ ਨਾਲ ਵੱਧ ਤਾਂ ਤੂੰ ਡਰਦੀ, ਗੱਲ ਮੈਂ ਕਰਦੀ ਪਰ ਡਰਦੀ ਤੂੰ ਆ। ਤੇ ਮੈਨੂੰ ਤਾਂ ਡਰ ਲੱਗਦਾ ਭੈਣਾ, ਤੇਰਾ ਨਹੀਂ ਕੁਛ ਵੀ ਹੋ ਸਕਦਾ, ਤੈਨੂੰ ਤਾਂ ਹੀ ਨਹੀਂ, ਫਿਰ ਤੇ ਹਿੰਮਤ ਹੀ ਨਹੀਂ ਹੈਗੀ ਗੱਲ ਕਰਨ ਦੀ। ਆਉਣਾ ਮੈਨੂੰ ਸੱਦਿਆ ਸੀ, ਮੈਂ ਫਿਰ ਚੱਲੀ ਹੋਰ ਕਿਤੇ ਬਹਿਣ ਲੱਗੀ ਆ, ਤੇ ਤੂੰ ਜਿੱਥੇ ਬਹਿਣਾ ਤੇ ਬਹਿ ਜਾ, ਜਦੋਂ ਆਊਗਾ ਨਾ ਉਦੋਂ ਬਹਿ ਜੀ ਸਾਈਡ ਤੇ ਹੋ ਕੇ। ਆ ਜਾ ਤੂੰ, ਆ ਜਾ ਉੱਧਰ ਚੱਲੀਏ। ਉਹ ਵੀ ਵਿਹਲਾ ਨਾ, ਪਤਾ ਨਹੀਂ ਕਿੱਥੋਂ ਆ ਜਾਂਦਾ ਤੇਰੇ ਵਾਸਤੇ ਉਹ ਵਿਹਲਾ ਹੀ। ਹੁਣ ਤੈਨੂੰ ਗੁੱਸਾ ਇਹ ਆ ਵੀ ਉਹ ਇੱਥੇ ਆਉਣ ਲੱਗਾ ਵਾ ਕਿ ਜਾਂ ਤੂੰ ਟੈਸਟ ਨਹੀਂ ਦਿੱਤਾ, ਤੈਨੂੰ ਇਹ ਗੁੱਸਾ ਵਾ? ਮੈਨੂੰ ਇਹ ਵੀ ਗੁੱਸਾ ਵਾ ਵੀ ਚੰਗੇ ਭਲੇ ਨੰਬਰ ਲੱਗ ਜਾਣੇ ਸੀਗੇ ਤੇ ਤੂੰ ਉਹ ਵੀ ਮੇਰਾ, ਮੈਂ ਐਵੇਂ ਤਿਆਰੀ ਕਰਦੀ ਰਹਿੰਦੀ, ਮੈਨੂੰ ਪਹਿਲਾਂ ਦੱਸ ਦਿਆ ਕਰ ਵੀ ਤੂੰ ਟੈਸਟ ਤਿਆਰ ਕਰਕੇ ਆਉਣਾ ਕਿ ਨਹੀਂ, ਤੇ ਨਾਲੇ ਮੈਨੂੰ ਕੱਲ ਤੋਂ ਦੱਸਦੀ, ਮੈਂ ਨਹੀਂ ਭੈਣਾ ਤੇਰੇ ਨਾਲ ਆਉਣਾ, ਹੋਰ ਕਿਸੇ ਨੂੰ ਲੈ ਕੇ ਨਿਕਲਾਂ ਕਾਲਜ। ਚੱਲ ਠੀਕ ਆ, ਲੱਭ ਲਈ ਨਵੀਂ ਸਹੇਲੀ ਤੂੰ, ਮੇਰੇ ਤੋਂ ਵੱਧ ਨਹੀਂ ਤੈਨੂੰ ਵਧੀਆ ਸਹੇਲੀ ਕੋਈ ਵੀ ਲੱਭਣੀ, ਵੇਖ ਲਈ। ਜਿਹੜਾ ਵੇਖ ਕੇ ਰੋਣਾ ਹੀ ਆ ਜਾਂਦਾ ਮੈਨੂੰ ਤੇ। ਮਨੇ ਕੀੜਿਆਂ ਕਰਨਾ? ਕੋਈ ਨੀ ਵੀਰ, ਰੋਣ ਦਿਆਂ ਚੱਲ ਵੇਖ ਕੇ। ਲੈ ਵਿਖਾ ਲੈ ਕੀ ਹੋਇਆ ਇਹਨੂੰ। ਆ ਵੇ ਕਿੱਦਾਂ ਤੇੜਾ ਆਈਆਂ ਸਾਰੀਆਂ ਹੀ। ਕੀ ਹੋਇਆ ਇਹਨੂੰ, ਚੰਗਾ ਭਲਾ ਵਾ, ਕਵਰ ਇਹਦੇ ਉੱਤੇ ਪਾ ਦੇ, ਬੜਾ ਵਧੀਆ ਚੱਲੀ ਜਾਣਾ ਇਹਦਾ, ਦਿਖਣਾ ਮੈਂ ਵਿੱਚ। ਇਹ ਪਹਿਲਾਂ ਵਾਟਰਪਰੂਫ ਸੀ ਤੇ ਹੁਣ ਪਾਣੀ ਪੈ ਜਾਣਾ ਦੇ ਵਿੱਚ। ਤੇ ਤੂੰ ਇਹਨੂੰ ਨਵਾਲਣਾ ਵਾ? ਤੇ ਜਿੰਨਾ ਡਾਟਾ ਹੋਣਾ ਸਾਰਾ ਮੇਰਾ ਖਰਾਬ ਹੋ ਜਾਣਾ ਵਾ, ਨਾਲੇ 128 GB ਆ ਤੇ ਮੈਂ ਲੈਣਾ 256 GB। ਯਾਰ ਮੈਂ ਤਾਂ ਹਿਸਾਬ ਲਿਆ ਤੇਰਾ ਸਰਿਆ ਪਿਆ ਵਾ, ਕਦੀ ਤੂੰ ਆਣਾ ਮੈਂ ਇੰਸਟਾ ਤੇ ਫੇਮਸ ਹੋਣਾ, ਕਦੀ ਕੋਹ ਕਰਨਾ, ਆਪਣੇ ਗੁੱਸੇ ਤੇ ਕੰਟਰੋਲ ਰੱਖਿਆ ਕਰ। ਇੰਸਟਾ ਤੇ ਫੇਮਸ ਹੋ ਗਿਆ ਫਿਰ ਸਟਾਰ ਬਣ ਜਾਣਾ, ਫਿਰ ਪ੍ਰਮੋਸ਼ਨ ਵਾਧੂ। ਲੜਦਾ ਤੂੰ ਮੰਮੀ ਨਾਲ, ਗੁੱਸਾ ਤੂੰ ਫੋਨਾਂ ਤੇ ਕੱਢੀ ਜਾਂਦਾ ਵਾ, ਕੰਟਰੋਲ ਰੱਖ ਥੋੜਾ ਜਿਹਾ ਭਰਾਵਾ। ਉਹ ਤਾਂ ਮੈਂ ਰੱਖੂੰਗਾ ਹੀ। ਹਾਂ ਤੇ ਵੀਰ ਹੁਣ ਲੈ ਦੇ ਫੋਨ, ਕਾਹਦੇ ਨਾਲ ਲੈਦਾ ਮੈਨੂੰ ਵੀ ਦੱਸ ਨਾ। ਤੇ ਕਣਕ ਆਈ, ਕਾਹਦੀ ਆਈ ਆ? ਨਹੀਂ ਜੇ ਕਣਕ ਆਈ ਤੇ ਤੈਨੂੰ ਵੀ ਪਤਾ ਤੂੰ ਨਾਲ ਹੀ ਗਿਆ ਨਾ,
ਕੁੜੀ ਦੀ ਫੀਸ ਤਾਰੀ ਸਾਰੀ ਸਾਲ ਦੀ ਫੀਸ ਤੇ ਤਾਰੀ ਆ ਤੇ ਇਹਦਾ ਕੋਈ ਕਰੀਏ ਨਾ ਫਿਰ ਫੇਮਸ ਹੋ ਗਿਆ ਤੇ ਤੁਹਾਨੂੰ ਕਹਿਣਾ ਉਹਦਾ ਭਰਾ ਹੀ ਉਹਦਾ ਭਰਾ ਜਾਣ ਡਿਆ ਉਹ ਤੇ ਗੱਲ ਤੇਰੀ ਠੀਕ ਹੈ ਗਾੜੀ ਝੋਨਾ ਵੀ ਬਹੁ ਲਾਉਣਾ ਵਾ ਪੈਸੇ ਉਹਨਾਂ ਨੂੰ ਵੀ ਦੇਣੇ ਆ ਲੇਬਰ ਨੇ ਤੁਹਾਨੂੰ ਪਤਾ ਉਸੇ ਵੇਲੇ ਮੰਗਣੇ ਜਦੋਂ ਪੈਲੀ ਚੋਂ ਬਾਹਰ ਆ ਗਈ 50,000 ਫਾਲੋਅਰ ਹੋ ਗਿਆ ਮੇਰਾ ਲੱਖ ਹੋ ਗਿਆ ਨਾ ਪ੍ਰਮੋਸ਼ਨਾਂ ਵਾਧੂ ਆ ਜਾਣੀ ਤੇ ਕੋਈ ਨੂੰ ਉਹਨਾਂ ਚਿਰ ਤੇ ਕਰੀਏ ਕੈਮਰੇ ਦੇ ਚੰਗੇ ਭਲੇ ਚੱਲਦੇ ਆ ਨਾ ਇਹਦੇ ਉਹ ਡਾਟਾ ਫੁੱਲ ਹੋ ਜਾਂਦਾ 128 GB ਆ 256 GB ਲੈਣਾ ਵਾ ਤੇ ਜਿਹੜੀ ਰੀਲ ਪਾ ਦਿੰਦਾ ਵਾ ਮੁੜ ਕੇ ਕੱਟ ਦਿਆ ਕਰ ਵਿੱਚੋਂ ਸਪੇਸ ਬਣ ਜਾ ਕਰਨੀ ਆ ਤੇ ਜੇ ਪਾਣੀ ਪੂਣੀ ਪੈ ਗਿਆ ਸਾਰਾ ਕੰਮ ਖਰਾਬ ਹੋ ਜਾਣਾ ਅਕਾਊਂਟ ਅਕਾਊਂਟ ਤੂੰ ਇਦਾਂ ਕਰ ਇਹਨੂੰ 2-4 ਮਹੀਨੇ ਸਾਂਭ ਕੇ ਰੱਖ ਲੈ ਦੇ ਔਖਾ ਸੌਖਾ ਸਾਰ ਝੋਨੇ ਤੈਨੂੰ ਲੈ ਦੂੰਗਾ ਯਾਰ ਵੀਰ ਸਾਰੇ ਯਾਰਾਂ ਦੋਸਤਾਂ ਦੇ ਨਵੇਂ ਨਵੇਂ ਫੋਨ ਆ ਆ ਹੈ ਵੀ ਦੂਜਾ ਵਾ ਮੰਦਰਾ ਲੈਣਾ ਆ ਹੁਣ ਮੈਂ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਕੱਲ ਨੂੰ ਕੁੜੀ ਵੀ ਵਿਆਹਣੀ ਆ ਕੁੜੀ ਹੁਣੇ ਵਿਆਹ ਨਹੀਂ ਹਜੇ ਪੜ੍ਹ ਰਹੀ ਆ ਤੇਰਾ ਕੱਲ ਨੂੰ ਵਿਆਹ ਕਰਨਾ ਹੁਣ ਕੋਈ ਪੈਸਾ ਧੇਲਾ ਹੋਊਗਾ ਫੇਰ ਹੀ ਆ ਹੁਣ ਇੱਕਦਮ ਤੇ ਕੋਈ ਆ ਗਿਆ ਰਿਸ਼ਤਾ ਜੇ ਤੇਰਾ ਹੀ ਰਿਸ਼ਤਾ ਆ ਗਿਆ ਤਾਂ ਕੀ ਕਹਾਂਗਾ ਸਾਡੇ ਕੋਲ ਪੈਸੇ ਨਹੀਂ 2 ਸਾਲ ਮੁੰਡਾ ਨਹੀਂ ਵਿਆਹਣਾ ਤੂੰ ਫੋਨ ਲਿਆ ਕੇ ਵੇਖਣਾ ਵਾ 1.5-2 ਲੱਖ ਦਾ ਫੋਨ ਆਉਂਦਾ ਵਾ ਇਹ ਕਿਹੜਾ 1.25 ਲੱਖ 10-20 ਹਜ਼ਾਰ ਦਾ ਆਉਂਦਾ ਆਈ ਚੱਜ ਜਾਣਾ ਵਿੱਚ ਇਹ ਕਿੰਨੇ ਕੁ ਦਾ ਉਹਨਾਂ ਕਿਤੇ ਲੈਣਾ ਆਹ ਵੇਖ ਲੈ ਮੇਰੇ ਕੋਲ ਟੁੱਟਾ ਜਿਹਾ ਯੂਆ ਵੇ ਮੈਂ ਇਹਦੇ ਤੇ ਕੰਮ ਚਲਾਈ ਜਾਂਦਾ ਤੁਸੀਂ ਕਿਹੜੇ ਰੀਲਾਂ ਬਣਾਉਂਦੇ ਹੀ ਹੋ ਮੈਨੂੰ 4 ਸਾਲ ਹੋ ਗਏ ਆ ਤੂੰ ਹੀ ਲਿਆ ਕੇ ਦਿੱਤਾ 20 ਹਜ਼ਾਰ ਦਾ ਏ ਹੈ ਨਹੀਂ ਇੱਥੇ ਕੋਈ ਵੀ ਹੈ ਇੱਥੇ ਤਾਂ ਨਹੀਂ ਉਹ ਕੋਈ ਵੀ ਪਰੀ ਦੇਖਦੀ ਪਰੀ ਹੁਣ ਆ ਗਿਆ ਮਰੀ ਵੀ ਨਹੀਂ ਦੇਖਦੀ ਕੋਈ ਆ ਮੇਰੀ ਵਾਲੀ ਦਾ ਤੇ ਮੈਸੇਜ ਆ ਗਿਆ ਈਓ ਚੱਲ ਇੱਕ ਮਿੰਟ ਖਲੋ ਜਾ ਵੀਰ ਕੀ ਹੋ ਗਿਆ ਹੁਣ ਮੈਨੂੰ ਮੜਾ ਮੈਸੇਜ ਕਰ ਲੈਣੇ ਕਿੱਡੀ ਜਾਨ ਔਖੀ ਐ ਬੜੀ ਮਿਹਨਤ ਕੀਤੀ ਓ ਮੈਸੇਜ ਹੀ ਆਇਆ ਵਾ ਚਿਰਾਂ ਬਾਅਦ ਸਾਥ ਨਹੀਂ ਆਇਆ ਤੈਨੂੰ ਕਿਤੇ ਕੀ ਆਂਦੀ ਆ ਉਹ ਪਰਲੇ ਪਾਸੇ ਪਾਰਕ ਚ ਬੈਠੀ ਓ ਡਿੱਗ ਪਈ ਐ ਗੱਸ ਖਾ ਕੇ ਕੀ ਆਂਦੀ ਆ ਉਹ ਚੱਲੀ ਗਈ ਪਰੇ ਪਾਰਕ 'ਚ ਬੈਠੀਆਂ ਵਾ ਤੇ ਬੈਠੀਆਂ ਰਹਿੰਦੇ ਤੂੰ ਉਹਨਾਂ ਨੂੰ ਕਹਿਣਾ ਨਾਲੇ ਮਾਮਾ ਤੇਰੇ ਕੋਲ ਤੇ ਹੈਗੀ ਆ ਤੂੰ ਐਵੇਂ ਫੇਰ ਲੱਭਦਾ ਫਿਰਦਾ ਇਹ ਪਰੀ ਨਹੀਂ ਕੋਈ ਹੈਗੀ ਪਰੀ ਨਹੀਂ ਹੈਗੀ ਉਹ ਚੱਲ ਕੋਈ ਗੱਲ ਨਹੀਂ ਐਵੇਂ ਹੁਣ ਪੋਲ ਖੋਲਣੇ ਆ ਮੇਰੇ ਤੇਰੇ ਪੋਲ ਮੈਂ ਖੋਲਣ ਡਿਆ ਮੈਂ ਰੱਬ ਨੇ ਖੋਲਣੇ ਆ ਚੱਲ ਚੱਲ ਮਾਮਾ ਮੇਰੀ ਮੰਮੀ ਤੇ ਹੈਗਾ ਨਾ ਕਿੰਨੇ ਸਾਲ ਹੋ ਗਏ ਇੱਕੋ ਕਾਲਜ 'ਚ ਵੇਲਾ ਤੇਰੇ ਅਰਗੇ ਕਈ ਤੌਰ ਤੇ ਮੈਂ ਉਹ ਕਾਲਜ 'ਚੋਂ ਪਰ ਆਪ ਨਹੀਂ ਉਹ ਕਾਲਜ ਛੱਡਿਆ ਮੈਂ ਵੀ ਵੇਖੀ ਤੂੰ ਫਿਰ ਤੋਰਨੀਆਂ ਤੇ ਫੇਰ ਉਦੋਂ ਛੱਡਣਾ ਵਾ ਤੋਰਨੀਆਂ ਤੇ ਆ ਮੈਂ ਤੋਰਨੀਆਂ ਤੋਰਨੀਆਂ ਕੀ ਭੈਣਾ ਦੱਲੋ ਕਰ ਲੋ ਆਹੋ ਵੀ ਮੰਮਾ ਭੈਣਾ ਬਣਾ ਕੇ ਤੋਰਨੀਆਂ ਤੂੰ ਇਦਾਂ ਗੱਲਾਂ ਕਰਨਿਆ ਚਲੋ ਅੱਧੀ ਹੋ ਗਈ ਹੁਣ ਚੱਲੀਏ ਕਿ ਜਾਂ ਫਿਰ ਪਰੀ ਵੇਖਣੀ ਆ ਪਰੇ ਹੀ ਰਹਿ ਗਈ ਹੁਣ ਪਰੀਆਂ ਤੇ ਚਲ ਗਈਆਂ ਹੁਣ ਤੂੰ ਉਹਨੂੰ ਮਿਲਣਾ ਵਾ ਜਾਣਾ ਕਿ ਨਹੀਂ ਹੁਣ ਚੱਲ ਭਰਾਵਾ ਬਹੁਤ ਜਾਣ ਔਖੀ ਤੇਰੀ ਨਾ ਹੀ ਕੱਲ ਨੂੰ ਮੇਰੇ ਨਾਲ
ਬੈਠੀਆਂ ਤੂੰ ਤੇ ਹੁਣ ਉਹਦੇ ਨਾਲ ਗੱਲਾਂ ਮਾਰਨ ਡਿਆ ਪੈਣਾ ਜਾ ਕੇ ਤੇ ਮੰਮਾ ਮੈਨੂੰ ਤਾਂ ਖਵਾ ਪਿਆ ਦਿੰਦਾ ਕੁਛ ਹੁਣ ਯਾਰ ਲਾਗੇ ਕੀ ਨਿੱਕੀਆਂ ਨਿੱਕੀਆਂ ਦੁਕਾਨਾਂ ਵਾ ਇੱਥੇ ਬਹਿ ਲੈਂਦੇ ਮੈਨੂੰ ਅੱਧਾ ਘੰਟਾ ਫਿਰ ਜਿੱਥੇ ਕਹੂੰ ਜਾ ਕੇ ਬਹਿ ਜਾਵਾਂਗੇ ਖਾ ਲਈ ਜੋ ਖਾਣਾ ਅੱਧਾ ਘੰਟਾ ਸ਼ਾਮਾਂ ਤੱਕ ਤੁਸੀਂ ਉੱਠਣਾ ਨਹੀਂ ਉਹ ਵੀ ਵਿਹਲੀ ਤੂੰ ਵੀ ਵਿਹਲਾ ਐਵੇਂ ਐਵੇਂ ਕੀ ਆ ਗਈ ਮੈਂ ਤਾਂ ਨਹੀਂ ਤੇਰੇ ਲੱਗ ਪੈਣਾ ਮੈਂ ਉਧਰ ਚਲ ਜਾਣਾ ਈ ਤੇ ਛੇਤੀ ਤੁਰ ਪਈ ਬਸ ਦਾ ਟਾਈਮ ਹੋਣ ਡਿਆ ਈ ਆ ਉਧਰ ਰੁੱਖ ਠੰਡੇ ਆ ਇੱਥੇ ਤੇ ਲੱਗਣ ਡਿਆ ਮੈਨੂੰ ਹੁਣ ਏਸੀ ਲੱਗ ਗਿਆ ਜਿੱਦਾਂ ਕਿੱਦਾਂ ਫਿਰ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਆ ਸਤਿ ਸ਼੍ਰੀ ਅਕਾਲ ਵੀਰੇ